ਸਤਿ ਸ਼੍ਰੀ ਅਕਾਲ ਜੀ ਪੰਜਾਬ ਬੋਲ ਦਾ ਦੇਖ ਰਹੇ ਸਰ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ ਦੋਸਤੋ ਲਗਾਤਾਰ ਪ੍ਰੋਗਰਾਮ ਦੇ ذریعے ਹਰ ਵਾਰ ਪੰਜਾਬ ਦੇ ਗੰਭੀਰ ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਆ ਤੇ ਇਹਨਾਂ ਮਸਲਿਆਂ ਦੇ ਉੱਤੇ ਲੋਕ ਕੀ ਸੋਚਦੇ ਨੇ ਤੁਹਾਡੇ ਤੱਕ ਲੋਕਾਂ ਤੋਂ ਰਿਵਿਊ ਲੋਕਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਗੱਲਬਾਤ ਕਰ ਰਹੇ ਆ ਪਿਛਲੇ ਦਿਨੀ ਹਾਈ ਕੋਰਟ ਦੇ ਵੱਲੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਲਈ ਫਰਮਾਨ ਜਾਰੀ ਕੀਤੇ ਗਏ ਸਨ ਫਰਮਾਨ ਇਹ ਸਨ ਕਿ ਜੋ ਧਾਰਮਿਕ ਸੰਸਥਾਨ ਹੈਗੇ ਨੇ ਇਹਨਾਂ ਦੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਵਿੱਚ ਜੋ ਲਾਊਡ ਸਪੀਕਰ ਲੱਗਦੇ ਨੇ ਉਹਨਾਂ ਦੇ ਉੱਤੇ ਹਾਈ ਕੋਰਟ ਦੇ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਸੀ ਕਿ ਇਹ ਲਾਊਡ ਸਪੀਕਰ ਨਹੀਂ ਲਗਾਉਣੇ ਚਾਹੀਦੇ ਤੇ ਨਾਲ ਦੀ ਨਾਲ ਇਹਨਾਂ ਦੀ ਜਿਹੜੀ ਆਵਾਜ਼ ਹੈ ਉਹ ਵੀ ਘਟ ਕਰਨ ਦੇ ਲਈ ਹਾਈ ਕੋਰਟ ਦੇ ਵੱਲੋਂ ਹਦਾਇਤ ਦਿੱਤੀ ਗਈ ਸੀ ਤੇ ਜੇਕਰ ਕਿਸੇ ਨੇ ਲਗਵਾਣੇ ਨੇ ਕਿਸੇ ਧਾਰਮਿਕ ਸੰਸਥਾਨ ਦੇ ਵਿੱਚ ਇਹ ਸਪੀਕਰ ਲੱਗੇ ਹੋਏ ਨੇ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਾਅਦ ਹੀ ਲਗਾ ਸਕਦੇ ਨੇ ਤੇ ਨਾਲ ਦੀ ਨਾਲ ਜੇਕਰ ਇਸ ਦੇ ਵਿੱਚ ਕਿਤੇ ਨਾ ਕਿਤੇ ਕੋਤਾਹੀ ਵਰਤੀ ਗਈ ਤਾਂ ਸਬੰਧਤ ਵਿਭਾਗ ਜੋ ਮਨਜ਼ੂਰੀ ਦੇਵੇਗਾ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤੇ ਅੱਜ ਇਹੀ ਮੁੱਦਾ ਲੈ ਕੇ ਪੰਜਾਬ ਦੀ ਜਨਤਾ ਦੇ ਕੋਲ ਆਏ ਆ ਤੇ ਜਾਣਦੇ ਆ ਕਿ ਪੰਜਾਬ ਦੇ ਲੋਕ ਇਸ ਹੁਕਮ ਦੇ ਪ੍ਰਤੀ ਕੀ ਸੋਚਦੇ ਨੇ ਹਾਲਾਂਕਿ ਇਸ ਨੂੰ ਲੈ ਕੇ ਕੁਝ ਨਾ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਕਿਤਨਾ ਕਿਤੇ ਧਾਰਮਿਕ ਭਾਵਨਾਵਾਂ ਨੂੰ ਢਾਹ ਲੱਗੀ ਹੈ ਤਾਂ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਕਿਤਨਾ ਕਿਤੇ ਇਹ ਵਧੀਆ ਗੱਲ ਹੈਗੀ ਹੈ ਜਿਹੜਾ ਸ਼ੋਰ ਪ੍ਰਦੂਸ਼ਣ ਹੈਗਾ ਉਸ ਨੂੰ ਇਸ ਨਾਲ ਇਸ ਦੇ ਨਾਲ ਕਿਤਨਾ ਕਿਤੇ ਠੱਲ ਜਰੂਰ ਪਵੇਗੀ ਨੌਜਵਾਨ ਮੌਜੂਦ ਨੇ ਜਾਣਦੇ ਆ ਕਿ ਇਹ ਉਸ ਹੁਕਮ ਦੇ ਪ੍ਰਤੀ ਕੀ ਸੋਚਦੇ ਨੇ ਸਸਤੀ ਜੀ ਸਤਿ ਸ੍ਰੀ ਅਕਾਲ ਬਾਜੀ ਕੀ ਨਾਮ ਹੈ ਤੁਹਾਡਾ ਰੁਪਿੰਦਰ ਸਿੰਘ ਜੀ ਅਚ ਰੁਪਿੰਦਰ ਜਿਵੇਂ ਪਿਛਲੇ ਦਿਨੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਹਾਲਾਂਕਿ ਕਾਫੀ ਧੇਰ ਪਹਿਲਾਂ ਵੀ ਇਹ ਮੰਗ ਉੱਠੀ ਗਈ ਕਿ ਜਿਹੜੇ ਲਾਊਡ ਸਪੀਕਰ ਹੈਗੇ ਨੇ ਧਾਰਮਿਕ ਸੰਸਥਾਨਾਂ ਦੇ ਉੱਤੇ ਉਹਨਾਂ ਨੂੰ ਜਿਹੜਾ ਬੰਦ ਕਰਵਾਇਆ ਜਾਵੇ ਕੁਝ ਲੋਕ ਜਿਹੜੇ ਗੁਰਦੁਆਰਿਆਂ ਮਸਜਿਦਾਂ ਮੰਦਰਾਂ ਦੇ ਨਾਲ ਰਹਿੰਦੇ ਨੇ ਉਹਨਾਂ ਦੇ ਲਗਲੇ ਖੇਤਰ ਦੇ ਵਿੱਚ ਰਹਿੰਦੇ ਨੇ ਉਹ ਕਹਿ ਰਹੇ ਨੇ ਕਿ ਪਰੇਸ਼ਾਨੀ ਦਾ ਸਬਬ ਬਣੇ ਹੋਏ ਨੇ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖ ਰਹੇ ਹੋ ਪਹਿਲੇ ਸਪੀਕਰ ਤੇ ਲੱਗਨੇ ਚਾਹੀਦੇ ਨੇ ਪਰ ਲੇਕਿਨ ਇਹ ਗੱਲ ਕਹਿ ਸਕਦੇ ਆ ਵੀ ਹਾਂ ਉਹਨਾਂ ਦੀ ਜਿਹੜੀ ਵਾਇਸ ਹੈ ਉਹ ਥੋੜੀ ਰਿਡਿਊਸ ਕੀਤੀ ਜਾ ਸਕੇ ਹੈਨਾ ਕਿਉਂਕਿ ਅਗਰ ਵਾਇਸ ਰਿਡਿਊਸ ਹੋਏਗੀ ਕਿਉਂਕਿ ਜਿਹੜਾ ਸਵੇਰੇ ਸਵੇਰੇ 4 ਵਜੇ ਅਸੀਂ ਕਰਦੇ ਪਏ ਆ ਹੈਨਾ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਚੱਲਦਾ ਪਿਆ ਜ਼ਰੂਰੀ ਗੱਲ ਹੈ ਕਿ ਉਹ ਸਾਰਿਆਂ ਤੱਕ ਪੁੱਜੇ ਪਰ ਲੇਕਿਨ ਅਗਰ ਉਹੀ ਵਾਇਸ ਅਗਰ ਬਹੁਤ ਜ਼ਿਆਦਾ ਹੋਏਗੀ ਤਾਂ ਫਿਰ ਉਹ ਇੱਕ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਜੀ ਅੱਛਾ ਜੋ ਹੁਕਮ ਮਾਨਜੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲ ਦਿੱਤੇ ਗਏ ਨੇ ਸਹਿਮਤ ਹੈਗੇ ਉਹਨਾਂ ਦੇ ਹੁਕਮਾਂ ਦੇ ਨਾਲ ਭਾਈ ਉਹਨਾਂ ਨੇ ਤਾਂ ਸਪੀਕਰ ਬੰਦ ਕਰਨ ਨੂੰ ਕਿਹਾ ਤੇ ਮੈਂ ਇਸ ਦੇ ਹੱਕ 'ਚ ਨਹੀਂ ਆ ਅੱਛਾ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਨਾਲ ਦੇ ਘਰ ਹੁੰਦੇ ਨੇ ਜਾਂ ਗੁਰਦੁਆਰਾ ਜਾਂ ਦਿਨੇ ਵੀ ਧਾਰਮਿਕ ਸੰਸਥਾਨ ਨੇ ਉਨ੍ਹਾਂ ਦੇ ਨਾਲ ਦੇ ਜਿਹੜੇ ਘਰਾਂ ਨੂੰ ਕਈ ਵਾਰ ਕੁਝ ਦਾ ਕਹਿਣਾ ਕਿ ਪਰੇਸ਼ਾਨੀ ਹੁੰਦੀ ਹੈ ਜਦੋਂ ਬੱਚਿਆਂ ਦੇ ਐਗਜ਼ਾਮ ਆਉਂਦੇ ਨੇ ਜਾਂ ਫਿਰ ਕੋਈ ਹੋਰ ਐਗਜ਼ਾਮ ਦੇ ਲਈ ਤਿਆਰੀ ਕਰਦਾ ਹੁੰਦਾ ਤਾਂ ਉਸ ਨੂੰ ਪੜ੍ਹਨ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਸਵੇਰੇ ਵੇਲੇ ਸ਼ਾਮ ਵੇਲੇ ਨਿਤਨੇਮ ਦੀ ਜਿਹੜੀ ਨਿਤਨੇਮ ਕੀਤਾ ਜਾਂਦਾ ਹੈ ਸਿੱਖ ਧਰਮ ਦੇ ਵਿੱਚ ਨਿਤਨੇਮ ਇੱਕ ਵੱਡੀ ਮਾਨਤਾ ਰੱਖਦਾ ਹੈ ਤਾਂ ਕੁਝ ਨਿਤਨੇਮ ਨਿਤਨੇਮੀ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਨਿਤਨੇਮ ਤਾਂ ਕਰਨਾ ਹੈ ਪਰ ਜਿਹੜੀ ਆਵਾਜ਼ ਹੈ ਉਹਨੂੰ ਕੱਟ ਕੀਤਾ ਜਾ ਸਕਦਾ ਹਾਂਜੀ ਵੀਰ ਜੀ ਮਤਲਬ ਕਿ ਅਗਰ ਕਿ वैसे ਤਾਂ ਬੰਦਾ ਆਪਣੇ ਘਰ ਦੇ ਵਿੱਚ ਆਪ ਨਿਤਨੇਮ ਕਰ ਲੈਂਦਾ ਪਰ ਲੇਕਿਨ ਗੁਰਦੁਆਰੇ ਜਾ ਕੇ ਵੀ ਕਰ ਸਕਦਾ ਹੈ ਤਾਂ ਫਿਰ ਇਸ ਦੇ ਵਿੱਚ ਕੋਈ ਪ੍ਰੋਬਲਮ ਤੇ ਨਹੀਂ ਹੈ ਕਿ ਜੇ ਉਸ ਵੇਲੇ ਹੋ ਸਕੇ ਚੀਜ਼ ਪਰ ਘਰ ਦੇ ਵਿੱਚ ਕਿਹੜਾ ਸਪੀਕਰ ਲਾਉਂਦੇ ਨੇ ਆਪਾਂ ਭਾਈ ਸਪੀਕਰ ਨਹੀਂ ਲੱਗਦਾ ਪਰ ਲੇਕਿਨ ਮਤਲਬ ਬੰਦਾ ਆਪ ਤੇ ਕਰ ਹੀ ਸਕਦਾ ਹੈ ਨਾ ਜ਼ਰੂਰੀ ਤੇ ਨਹੀਂ ਹੈ ਕਿ ਇੱਕ ਵੀ ਆਵਾਜ਼ ਦੇ ਰਹੀ ਵੀ ਕੋਈ ਉਧਰੋਂ ਆਵਾਜ਼ ਆ ਰਹੀ ਹੈ ਉਸੇ ਵੇਲੇ ਅਸੀਂ ਨਿਤਨੇਮ ਕਰਨਾ ਟਾਈਮਿੰਗ ਤੇ ਸਾਰਿਆਂ ਨੂੰ ਪਤਾ ਹੀ ਹੋਏਗੀ ਨਾ ਅੱਛਾ ਫਿਰ ਕਿਤੇ ਨਾ ਕਿਤੇ ਬੱਚਿਆਂ ਨੂੰ ਜਾਂ ਫਿਰ ਉਹਨਾਂ ਨੂੰ ਤਾਂ ਦਿੱਕਤ ਆਉਂਦੀ ਹੋਵੇਗੀ ਹਾਂਜੀ ਵੀਰ ਜੀ ਸਵੇਰੇ ਸਵੇਰੇ ਜਾਂ ਫਿਰ ਸ਼ਾਮ ਦੇ ਟਾਈਮ ਕਿਉਂਕਿ ਬੱਚਿਆਂ ਨੇ ਪੜਨਾ ਹੁੰਦਾ ਤਾਂ ਉਸ ਵੇਲੇ ਦਿੱਕਤ ਹੈਗੀ ਆ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਹੋਰ ਨੌਜਵਾਨ ਵੀ ਮੌਜੂਦ ਨੇ ਜਾਣਦੇ ਆ ਕਿ ਉਹ ਕੀ ਸੋਚਦੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਭਾਜੀ ਪ੍ਰਿੰਸ ਯੂਨੀਵਰਸਿਟੀ ਅੱਛਾ ਜੇਕਰ ਗੱਲ ਕੀਤੀ ਜਾਵੇ ਤਾਂ ਮਾਨਯੋਗ ਹਾਈ ਕੋਰਟ ਦੇ ਫੈਸਲੇ ਨੂੰ ਕਿਵੇਂ ਦੇਖ ਰਹੇ ਹੋ ਕਿਉਂਕਿ ਕੁਝ ਲੋਕ ਸਹਿਮਤ ਨੇ ਕੁਝ ਲੋਕ ਵਿਰੋਧ ਵੀ ਕਰ ਰਹੇ ਨੇ ਪਰ ਧਾਰਮਿਕ ਪੱਖ ਤੋਂ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਸਪੀਕਰ ਤਾਂ ਜਦੋਂ ਧਰਮ ਦੀ ਸ਼ੁਰੂਆਤ ਹੁੰਦੀ ਹੈ ਉਦੋਂ ਸਪੀਕਰਾਂ ਦੀ ਤਾਂ ਕਿਤੇ ਵੈਲਿਊ ਵੀ ਨਹੀਂ ਹੁੰਦੀ ਤੇ ਹੁਣ ਜਦੋਂ ਅਸੀਂ ਨਗਰ ਕੀਰਤਨ ਵੀ ਕੱਢਦੇ ਆਂ ਸ਼ੋਭਾ ਯਾਤਰਾਵਾਂ ਵੀ ਕੱਢੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਵੀ ਡੀਜ਼ਲ ਲਗਾਇਆ ਜਾਂਦਾ ਕਿਤੇ ਨਾ ਕਿਤੇ ਕਿਵੇਂ ਦੇਖਤੋਂ ਇਸ ਫੈਸਲੇ ਨੂੰ ਭਾਜੀ ਡੀਜੀ ਦੇ ਤੇ ਅਲੱਗ ਗੱਲ ਹੈ ਪਰ ਅੱਜ ਜੇ ਆਪਾਂ ਸਪੀਕਰਾਂ ਦੀ ਗੱਲ ਕਰੀਏ ਪਰ ਪਿੰਡਾਂ 'ਚ ਵੀ ਪੜ ਗਏ ਅਫਸਰ ਬਹੰਦੇ ਲੋਕੀ ਇਹ ਸ਼ਹਿਰਾਂ ਨੂੰ ਦਿੱਕਤ ਆਣੀ ਨਹੀਂ ਚਾਹੀਦੀ ਇਹ ਤੇ ਇੱਕ ਹਸਾਬ ਦਾ ਇਹਨਾਂ ਨੇ ਬਣ ਗਿਆ ਇਹ ਪੜਦੇ ਆ ਪਿੰਡਾਂ ਦੇ ਲੋਕ ਵੀ ਪੜਦੇ ਆ ਉਹ ਵੀ ਕੋਈ ਵੱਡੇ ਅਫਸਰ ਬਣਦੇ ਆ ਉਹ ਵੀ ਘਰ ਪੜਦੇ ਉੱਥੇ ਵੀ ਸਪੀਕਰ ਲੱਗਦੇ ਆ ਪਰ ਇੱਥੇ ਹੁਣ ਆਪਣਾ ਆਪਣੇ ਆਪਣਾ ਪ੍ਰੋਸੀਜਰ ਹੈ ਨਾ ਅਜਾ ਤੁਹਾਡਾ ਮੰਨਣਾ ਕਿ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਕਿਤੇ ਰੱਬ ਦਾ ਨਾਮ ਹੈ ਇਹ ਚ ਧਿਕਾਰੀ ਦਿਖ ਰਹੇ ਹਾਂ ਡੀ ਜੀ ਡੂ ਜੀ ਜਿਹੜੇ 10 ਵਜੇ 11 ਵਜੇ ਲਾਉਂਦੇ ਉਹਨਾਂ ਚ ਦਿੱਕਤ ਆਣੀ ਚਾਹੀਦੀ ਪਰ ਰੱਬ ਦੇ ਨਾਮ ਸੁਣਨਾ ਇੱਕ ਚੰਗੀ ਗੱਲ ਹੈ ਇੱਥੇ ਕੋਈ ਮਾੜੀ ਚੀਜ਼ ਨਹੀਂ ਹੈ ਵਿਰੋਧ ਕਰਦੇ ਫਿਰ ਤੁਸੀਂ ਹਾਂ ਮਤਲਬ ਕਿ ਸਪੀਕਰ ਲੱਗਨੇ ਚਾਹੀਦੇ ਗੁਰਦਾਰ ਦੇ ਨਾਮ ਹੀ ਆ ਨਾਮ ਤੇ ਲੈਣਾ ਚਾਹੀਦਾ ਕਈ ਬੁੱਢੇ ਬੰਦੇ ਨਹੀਂ ਆ ਸਕਦੇ ਗੁਰਦੁਆਰੇ ਇਹਦਾ ਵਗੈਰਾ ਘਰ ਬਾਣੀ ਦਾ ਵਧੀਆ ਗੱਲ ਹੈ ਸਿੱਖਣ ਨੂੰ ਮਿਲਦਾ ਕੁਝ ਇਹ ਚੱਕਰ ਮੈਂ ਕਹਿ ਸਕਦਾ ਅੱਛਾ ਪਰ ਹਾਈ ਕੋਰਟ ਨੇ ਇਹ ਕਿਹਾ ਹੈਗਾ ਉਹਨਾਂ ਨੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲਗਾਈ ਕਿ ਅਸੀਂ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਹੈਗਾ ਉਹਨਾਂ ਦੇ ਕੋਲੋਂ ਮਨਜ਼ੂਰੀ ਲੈਣ ਤੋਂ ਬਾਅਦ ਸਪੀਕਰ ਲਗਾਏ ਜਾ ਸਕਦੇ ਨੇ ਬਾਕੀ ਸਰ ਉਹ ਪੜੇ ਲਿਖੇ ਉਹਨਾਂ ਨੂੰ ਔਡੇ ਤੋਂ ਜ਼ਿਆਦਾ ਨੋਲੇਜ ਹੈ ਉਹਨਾਂ ਨੂੰ ਪਤਾ ਹੋਏਗਾ ਇਹ ਪ੍ਰਸਿਹਰ ਬਾਰੇ ਬਾਕੀ ਮੈਂ ਇਹ ਕਹਿਣਾ ਕਿ ਸਪੀਕਰ ਲੱਗਨੇ ਚਾਹੀਦੇ ਵਜੇ ਵਧੀਆ ਗੱਲ ਕਿਉਂਕਿ ਇਹਦੇ ਚ ਰੱਬ ਦਾ ਜਿਹੜਾ ਵਾ ਘਰ ਨਾਮ ਕਈ ਨਹੀਂ ਨਾਮ ਲੈ ਸਕਦੇ ਆ ਰੱਬ ਵਗੈਰਾ ਕਈ ਬੁੱਢੇ ਬੰਦੇ ਗੁਰਦਰਨੀ ਆ ਸਕਦੇ ਕੋਈ ਵਧੀਆ ਗੱਲ ਸਿੱਖਣ ਨੂੰ ਮਿਲਦੀ ਸਪੀਕਰ ਲੱਗਨੇ ਚਾਹੀਦੇ ਇਹ ਕਿੰਨਾ ਇਤਨਾ ਕਿਤੇ ਜੇ ਸਹੀ ਤਰੀਕੇ ਦੇ ਨਾਲ ਘੱਟ ਆਵਾਜ਼ ਦੇ ਵਿੱਚ ਵਰਤੋਂ ਕੀਤੀ ਜਾਵੇ ਫਿਰ ਸਹੀ ਹੈ ਤੁਹਾਡੇ ਮੁਤਾਬਿਕ ਘੱਟ ਆਵਾਜ਼ ਕਿ ਜਿੱਦਾਂ ਸੈਕਟਰ ਵਾਈਜ਼ ਆ ਸੈਕਟਰ 'ਚ ਹੀ ਰਹਿਣੀ ਚਾਹੀਦੀ ਥੋੜੇ ਥੋੜੇ ਹੀ ਰਹਿਣੀ ਚਾਹੀਦੀ ਆਵਾਜ਼ ਮਤਲਬ ਜਿੰਨੇ ਕਿ ਏਰੀਆ ਦੀ ਗੁਰਦੁਆਰੇ ਦੀ ਵਿੱਚ ਗੁਰਦੁਆਰੇ ਦੇ ਹੱਦ ਦੇ ਵਿੱਚ ਜਿਹੜਾ ਪਿੰਡ ਜਾਂ ਸ਼ਹਿਰ ਆਉਂਦਾ ਉਸ ਦੇ ਵਿੱਚ ਰਹਿਣੀ ਚਾਹੀਦੀ ਜੀ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕੀ ਨਾਮ ਹੈ ਜੀ ਤੁਹਾਡਾ ਅਚਾ ਹਰਦੀਪ ਹਾਈ ਕੋਰਟ ਦਾ ਫੈਸਲਾ ਹੈ ਤੇ ਹਾਈ ਕੋਰਟ ਦੇ ਫੈਸਲੇ ਦੇ ਮੁਤਾਬਿਕ ਜਿਹੜੇ ਧਾਰਮਿਕ ਸੰਸਥਾਨ ਨੇ ਹਾਲਾਂਕਿ ਉਹਨਾਂ ਦੇ ਵਿੱਚ ਜਿਹੜੇ ਆ ਸ਼ੋਰ ਪ੍ਰਦੂਸ਼ਣ ਕਰਦੇ ਨੇ ਚਾਹੇ ਡੀਜੇ ਦੀ ਗੱਲ ਹੋਵੇ ਸਾਰੇ ਆਉਂਦੇ ਨੇ ਪਰ ਖਾਸ ਕਰ ਧਾਰਮਿਕ ਸੰਸਥਾਨਾਂ ਦੇ ਵਿੱਚ ਇਸ ਫੈਸਲੇ ਨੂੰ ਕਿਵੇਂ ਦੇਖ ਰਹੇ ਹੋ ਧਾਰਮਿਕ ਤੌਰ ਤੇ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਸਪੀਕਰਾਂ ਦਾ ਬੈਨ ਹੋਣਾ ਤੇ ਧਰਮ ਦੇ ਨਾਂ ਦੇ ਉੱਤੇ ਜਿਵੇਂ ਜਾਂ ਫਿਰ ਜਿਸ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਨੇ ਉਹਨੂੰ ਕਿਵੇਂ ਦੇਖ ਰਹੇ ਹੋ ਮਤਲਬ ਇਹ ਹੈ ਜੀ ਸਪੀਕਰ ਮਤਲਬ ਬੈਂ ਜਿਵੇਂ ਕਰੀ ਜਾਂਦੇ ਨੇ ਬਟ ਆਪਣੇ ਘੱਟ ਵੋਲਿਊਮ ਦੇ ਵਿੱਚ ਚੱਲਣਾ ਤਾਂ ਠੀਕ ਹੈ ਅਦਰਵਾਈਜ਼ ਮਤਲਬ ਗਲਤ ਆਪਾਂ ਕਹਿ ਸਕਦੇ ਆਂ ਵੀ ਬਾਹਰ ਜਿਵੇਂ ਜਲਦੇ ਨੇ ਬਾਕੀ ਸ਼ਹਿਰਾਂ 'ਚ ਵੀ ਚੱਲੀ ਜਾਂਦੇ ਨੇ ਤੇ ਪਿੰਡਾਂ 'ਚ ਵੀ ਆਪਾਂ ਵੀ ਪਿੰਡ ਤੋਂ ਹੀ ਆ ਤੇ ਆਪਾਂ ਨੂੰ ਕਦੇ ਇਹ ਜੀ ਮਤਲਬ ਉਹ ਤਾਂ ਸੋਚਣ ਦੇ ਆ ਵੀ ਜਿਹੜਾ ਜਿਵੇਂ ਸੋਚਦਾ ਵਾ ਵੀ ਉਹਦੇ ਤੇ ਡਿਪੈਂਡ ਕਰਦਾ ਵਾ ਜੇ ਕੋਈ ਕਹੂਗਾ ਵੀ ਇਹਨੂੰ ਪੋਜ਼ਿਟਿਵ ਲੈ ਕੇ ਚੱਲਦੇ ਆ ਜਿਵੇਂ ਇਹਨਾਂ ਨੂੰ ਦੱਸਿਆ ਵਾ ਨਾਲਦਿਆਂ ਨੇ ਵੀ ਬਾਈ ਆਪਣਾ ਪੜ੍ਹ ਲੈ ਕੇ ਉਹ ਪਿੰਡਾਂ 'ਚੋਂ ਵੀ ਪੜ੍ਹ ਲੈ ਕੇ ਉਹ ਬੰਦੇ ਅਫਸਰ ਉੱਠਦੇ ਨੇ ਤੇ ਆਪਣੇ ਸ਼ਹਿਰ ਦੇ ਵਿੱਚ ਤਾਂ ਗੁਰਦੁਆਰੇ ਮਤਲਬ ਅੰਦਰ ਹੀ ਚੱਲਦੇ ਨੇ ਸਪੀਕਰ ਤੇ ਪਿੰਡਾਂ ਦੇ ਵਿੱਚ ਸੋਚਣਦੇ ਆ ਜੇ ਮੈਂ ਸੋਚੂਗਾ ਮੈਂ ਪਿੰਡ 'ਚ ਰਹਿਣਾ ਵੀ ਮੈਨੂੰ ਸਪੀਕਰ ਆਵਾਜ਼ ਕਰ ਦੇਣ ਤਾਂ ਕਰਦੇ ਨੇ ਜੇ ਮੈਂ ਕਹੂੰਗਾ ਨਹੀਂ ਕਰਦੇ ਵੀ ਨਹੀਂ ਕਰਦੇ ਅੱਛਾ ਤੁਹਾਡੀ ਕਹਿਣ ਦਾ ਭਾਵ ਹੈ ਕਿ ਕਿਤੇ ਨਾ ਕਿਤੇ ਲੋਕਾਂ ਦੀ ਆਪਣੀ ਮਾਨਸਿਕਤਾ ਹੈ ਜਿਵੇਂ ਉਹ ਸੋਚਦੇ ਨੇ ਉਵੇਂ ਉਹਨਾਂ ਨੂੰ ਲੱਗਦਾ ਹੈ ਜੇ ਪਰੇਸ਼ਾਨੀ ਚ ਚੱਲਣਗੇ ਸਮਝਣਗੇ ਤਾਂ ਪਰੇਸ਼ਾਨੀ ਲੱਗੇਗੀ ਜੇ ਉਸ ਦਾ ਫਾਇਦਾ ਸੋਚਣਗੇ ਤਾਂ ਫਾਇਦਾ ਹਾਂਜੀ ਬਿਲਕੁਲ ਜੀ ਜੀ ਬਹੁਤ ਬਹੁਤ ਧੰਨਵਾਦ ਸੋ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਨੌਜਵਾਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਮਾਨਯੋਗ ਹਾਈ ਕੋਰਟ ਦੇ ਫੈਸਲੇ ਦੇ ਵੱਲੋਂ ਜਾਂ ਹਾਈ ਕੋਰਟ ਦੇ ਹੁਕਮ ਨੇ ਉਸ ਨੂੰ ਲੈ ਕੇ ਉਹ ਕਹਿ ਰਹੇ ਨੇ ਕਿ ਧਾਰਮਿਕ ਸੰਸਥਾਨਾਂ ਦੇ ਵਿੱਚ ਧਰਮ ਦੀ ਗੱਲ ਹੁੰਦੀ ਹੈ ਲੋਕਾਂ ਤੱਕ ਨੇਕੀ ਦੀ ਗੱਲ ਜਾਂਦੀ ਹੈ ਤੇ ਲੋਕਾਂ ਨੂੰ ਧਰਮ ਦੇ ਨਾਲ ਜੋੜਿਆ ਜਾਂਦਾ ਸਪੀਕਰਾਂ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਨੂੰ ਫਾਇਦਾ ਹੁੰਦਾ ਹੈ ਲੋਕ ਧਰਮ ਦੇ ਨਾਲ ਜੁੜਦੇ ਨੇ ਤਾਂ ਇੱਕ ਚੰਗੀ ਗੱਲ ਹੈ ਸੋ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਇੱਥੇ ਰੁਕਦੇ ਹਾਂ ਇੱਕ ਛੋਟੇ ਜਿ ਬ੍ਰੇਕ ਦੇ ਲਈ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਚੰਡੀਗੜ੍ਹ ਦੇ ਗੁਰਦੁਆਰਾ ਸੰਤ ਸਰ ਸਾਹਿਬ ਦੇ ਵਿੱਚ ਪੁੱਜੇ ਹਾਂ ਤੇ ਇਥੋਂ ਦੇ ਸੰਚਾਲਕ ਨੇ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜੋ ਹਾਈ ਕੋਰਟ ਦਾ ਫੈਸਲਾ ਆਇਆ ਉਸ ਦੇ ਨਾਲ ਕਿਸ ਤਰ੍ਹਾਂ ਦਾ ਗੁਰਦੁਆਰਾ ਸਾਹਿਬ ਨੂੰ ਜਾਂ ਫਿਰ ਧਾਰਮਿਕ ਸੰਸਥਾਵਾਂ ਨੂੰ ਉਸ ਦੇ ਨਾਲ ਕਿੰਨਾ ਕੁ ਫਰਕ ਹੋਇਆ ਜਾਂ ਇਥੋਂ ਪਹਿਲਾਂ ਹੀ ਜਿਹੜੇ ਹੈ ਲਾਊਡ ਸਪੀਕਰ ਨੂੰ ਲੈ ਕੇ ਪ੍ਰਬੰਧ ਕੀਤੇ ਹੋਏ ਸਨ ਆਵਾਜ਼ ਜਿਹੜੀ ਹੈ ਉਹ ਜ਼ਿਆਦਾ ਨਹੀਂ ਕੀਤੀ ਹੋਈ ਸੀ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਹ ਅੱਜ ਕੱਲ੍ਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜਸਟ ਪੰਜਾਬੀ ਦੇਖ ਰਹੀ ਸਮੂਹ ਸੰਗਤਾਂ ਨੂੰ ਦਾਸ ਆਪਣੇ ਵੱਲੋਂ ਨਮਸਕਾਰ ਕਰਦਾ ਆ ਜਿਹੜੇ ਆਰਡਰ ਆਏ ਆ ਮੈਂ ਉਹਦੇ ਬਾਬਤ ਪਹਿਲੇ ਇੱਕ ਬੇਨਤੀ ਕਰਾਂਗਾ ਵੀ ਆਪਾਂ ਜਿੱਥੋਂ ਤੁਸੀਂ ਇੰਟਰਵਿਊ ਲੈ ਰਹੇ ਹੋ ਇਹ ਗੁਰਦੁਆਰਾ ਸੰਸਰ ਸਾਹਿਬ ਸੈਕਟਰ 38 ਵੈਸ ਚੰਡੀਗੜ੍ਹ ਹੈ ਚੰਡੀਗੜ੍ਹ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਉਹਨਾਂ ਦੇ ਜਿਹੜੇ ਸਪੀਕਰ ਆ ਪਹਿਲੇ ਹੀ ਜਿਹੜੇ ਇੱਕ ਡਿਸਕ੍ਰਾਈਬਡ ਵੋਲਿਊਮ ਦੇ ਵਿੱਚ ਹੁੰਦੇ ਆ ਵੀ ਉਸ ਵੋਲਿਊਮ ਤੋਂ ਬਾਹਰ ਜੇ ਜਾ ਹੀ ਨਹੀਂ ਸਕਦੀ ਆਵਾਜ਼ ਤੇ ਜੇ ਆਪਾਂ ਸਪੈਸ਼ਲ ਕੋਈ ਪ੍ਰੋਗਰਾਮ ਗੁਰਮਤ ਸਮਾਗਮ ਜਾਂ Hindu ਵੀਰ ਜਗਰਾਤਾ ਕਰਾਉਂਦੇ ਆ ਮੁਸਲਮ ਵੀਰ ਕੋਈ ਪ੍ਰੋਗਰਾਮ ਕਰਾਉਂਦੇ ਉਹਨਾਂ ਨੂੰ ਇੱਕ ਟਾਈਮ ਲਿਮਟ ਦਿੱਤੀ ਜਾਂਦੀ ਆ ਵੀ 10 ਵਜੇ ਤੱਕ ਸਮਾਗਮ ਜਿਹੜੇ ਆ ਉਹ ਹੋਣਗੇ ਤੇ ਇਹ ਜਿਹੜੀ ਆਵਾਜ਼ ਹੈ ਚੰਡੀਗੜ੍ਹ ਦੇ ਗੁਰਦੁਆਰਿਆਂ ਦੀ ਜੇ ਗੱਲ ਕਰੀਏ ਜਿੱਥੇ ਆਪਾਂ ਰਹਿੰਦੇ ਆ ਜਿੱਥੇ ਇੱਥੇ ਵੀ ਕੀਰਤਨ ਹੁੰਦਾ ਸਵੇਰੇ ਹੁੰਦਾ ਜਾਂ ਸ਼ਾਮੀ ਹੁੰਦਾ ਆ ਸੰਤ ਬਾਬਾ ਸਰੂਪ ਸਿੰਘ ਜੀ ਮਹਾਪੁਰਸ਼ਾਂ ਵੱਲੋਂ ਇਹ ਉਹਨਾਂ ਦੀ ਸੋਚ ਹੀ ਹੈ ਵੀ ਜਿਹਨੂੰ ਭੁੱਖ ਲੱਗੀ ਹੋਏਗੀ ਉਹ ਪ੍ਰਸ਼ਾਦੇ ਕੋਲ ਜਾਏਗਾ ਜਿਹਨੂੰ ਪਿਆਸ ਲੱਗੀ ਹੋਏਗੀ ਉਹ ਪਾਣੀ ਕੋਲ ਜਾਏਗਾ ਅੱਛਾ ਪਰ ਬਾਬਾ ਜੀ ਮੈਂ ਗੱਲਬਾਤ ਕੀਤੀ ਹੈ ਗੁਰਪ੍ਰੀਤ ਸਿੰਘ ਜੀ ਤੁਹਾਡਾ ਨਾਂ ਅੱਛਾ ਗੁਰਪ੍ਰੀਤ ਜੀ ਮੈਂ ਗੱਲਬਾਤ ਕੀਤੀ ਹੈ ਤਾਂ ਲੋਕਾਂ ਦਾ ਜਾਂ ਇਹ ਵੀ ਕਹਿਣਾ ਹੈ ਕਿ ਕਿਤਨਾ ਕਿਤੇ ਜਿਹੜੇ ਧਾਰਮਿਕ ਸੰਸਥਾਨ ਹੈਗੇ ਨੇ ਉਹਨਾਂ ਦੇ ਜਿਹੜੀ ਲਾਊਡ ਸਪੀਕਰ ਦੇ ਰਾਹੀਂ ਲੋਕਾਂ ਤੱਕ ਧਾਰਮਿਕ ਸੰਦੇਸ਼ ਜਾਂਦਾ ਹੈ ਕਿਤਨਾ ਕਿਤੇ ਚੰਗੀ ਗੱਲ ਹੈ ਇਹ ਉਹਨਾਂ ਦਾ ਕਹਿਣਾ ਇਹ ਹੈ ਵੀ ਇਹ ਚੱਲਦੇ ਰਹਿਣੇ ਚਾਹੀਦੇ ਨੇ ਕਹਿੰਦੇ ਸਪੀਕਰ ਦੇਖੋ ਜੀ ਜੇ ਆਪਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ ਗੁਰੂ ਨਾਨਕ ਸਾਹਿਬ ਨੂੰ ਹਰ ਕਮਿਊਨਿਟੀ ਦਾ ਅੱਜ ਬੰਦਾ ਸਜਦਾ ਕਰਦਾ ਆ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਜਿਹੜਾ ਸਾਰਿਆਂ ਵਾਸਤੇ ਸਾਂਝਾ ਹੈ ਰਮੰਧਰ ਸਾਹਿਬ ਲਾ ਲੋ ਤੇ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਲਿਖਿਆ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਗੁਰੂ ਅਮਰਦਾਸ ਜਮਾਰਾ ਨੇ ਬਾਣੀ ਵਿੱਚ ਲਿਖਿਆ ਆ ਦੂਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਜਿਹੜੀ ਤੁਸੀਂ ਗੱਲ ਕਰ ਰਹੇ ਮੈਂ ਉੱਥੇ ਆਵਾਂ ਅੱਜ ਅਮਰੀਕਾ ਚਲੇ ਜੋ ਸ਼ਿਕਾਗੋ ਚਲੇ ਜਾਓ ਉੱਥੇ ਗੁਰਦੁਆਰਾ ਸਾਹਿਬ ਗੋਰਿਆਂ ਦਾ ਬਣਿਆ ਹੋਇਆ ਉਹਨਾਂ ਨੇ ਇਸ ਨੂੰ ਐਜ਼ ਅ ਹੀਲਿੰਗ ਲੈ ਲਿਆ ਵੀ 뮤ਜ਼ਿਕ ਹੀਲ ਕਰਦਾ ਹੈ ਕੱਲੇ 뮤ਜ਼ਿਕ ਦੀ ਗੱਲ ਨਹੀਂ 뮤ਜ਼ਿਕ ਦੇ ਵਿੱਚ ਜਿਹੜਾ ਮੈਟਰ ਹੈ ਉਹ ਇਲਾਹੀ ਬਾਣੀ ਜਿਹੜੀ ਹੈ ਜਦੋਂ ਸੁਣਦੇ ਆ ਉਹ ਕਹਿੰਦੇ ਆ ਵੀ ਸਾਨੂੰ ਸ਼ਾਂਤੀ ਆਈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਕਈ 뮤ਜ਼ਿਕ ਐਸੇ ਹੁੰਦੇ ਜਿਵੇਂ ਢਾਡੀ ਵਾਰਾਂ ਸੁਣ ਲਓ ਤੁਸੀਂ ਉਹ ਜੇ ਬੰਦਾ ਸੁੱਤਾ ਵੀ ਹੋਏ ਤਾਂ ਵੀ ਜਾਗ ਜਾਂਦਾ ਹੈ ਤੇ ਕਈ 뮤직 ਐਸੇ ਹੁੰਦੇ ਆ ਜੇ ਕੋਈ ਬੰਦਾ ਉਹਨੂੰ ਸੁਣਨ ਲੱਗ ਜਾ ਉਹਨੂੰ ਨੀਂਦ ਆਣ ਲੱਗ ਜਾਂਦੀ ਆ ਵੀ ਉਹ ਹੀਲ ਕਰਦੇ ਬੰਦੇ ਨੂੰ ਇਹ 뮤직 ਬਹੁਤ ਵੱਡੀ ਪਾਵਰ ਹੈ ਜੇ ਉਹਦੇ ਵਿੱਚ ਬਾਣੀ ਆਪਾਂ ਐਂਟਰ ਕਰ ਦਈਏ ਤੇ ਕਈ ਜਗ੍ਹਾ ਦੇ ਉੱਤੇ ਅੱਜ ਐਸੇ ਪ੍ਰੋਗਰਾਮ ਹੋ ਰਹੇ ਨੇ ਵੀ ਜਿੱਥੇ ਬਾਣੀ 뮤직 ਦੁਆਰਾ ਆਪਾਂ ਸੰਗਤ ਤੱਕ ਪਹੁੰਚਾਉਂਦੇ ਉਹ ਬੀਪੀ ਵੀ ਚੈੱਕ ਕਰਦੇ ਉਹਨਾਂ ਦਾ ਬੀਪੀ ਵੀ ਸੈੱਟ ਹੋ ਜਾਂਦੀ ਹੈ ਇਸ ਤਰ੍ਹਾਂ ਜੀ ਆਪਾਂ ਕਈ ਪ੍ਰੋਗਰਾਮ ਹੈ ਜੇ ਤੁਸੀਂ ਕਹੋ ਤਾਂ ਮੈਂ ਸੰਗਤ ਨੂੰ ਦੱਸ ਵੀ ਸਕਦਾ ਵੀ ਕਈ ਐਸੇ ਪ੍ਰੋਗਰਾਮ ਹੋਗੇ ਮੈਂ ਦੂਜਾ ਸਵਾਲ ਇਹ ਕਰਨਾ ਚਾਹੁੰਦਾ ਕਿ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਉਹ ਕਹਿ ਰਹੇ ਨੇ ਕਿ ਅੱਜਕੱਲ ਜਿਹੜਾ ਸ਼ੈਡਿਊਲ ਹੈਗਾ ਇਹ ਉਹ ਕਾਫੀ ਬਿਜ਼ੀ ਹੈਗਾ ਲੋਕਾਂ ਦਾ ਵੀ ਕੰਮਕਾਰ ਦੀ ਕੋਈ ਟਾਈਮਿੰਗ ਨਹੀਂ ਹੈਗੀ ਕੁਝ ਦਾ ਕਹਿੰਦਾ ਕਿ ਰਾਤ ਨੂੰ 12 ਵਜੇ ਆਉਨੇ ਆ ਤਸਵੀਰ ਨੂੰ 8 ਵਜੇ ਤੱਕ ਸੋਣਾ ਹੁੰਦਾ ਕਿਸੇ ਇਹ ਮੰਦਿਰ ਮਸਜਿਦ ਜਾਂ ਗੁਰਦੁਆਰਾ ਜਿੰਨੇ ਵੀ ਧਾਰਮਿਕ ਸੰਸਥਾਨ ਨੇ ਕਹਿੰਦੇ ਨੇ ਵੀ ਕਿ ਸਵੇਰੇ ਸਾਜਰੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਸ਼ੁਰੂਆਤ ਹੁੰਦੀ ਹੈ ਸਪੀਕਰਾਂ ਦੇ ਰਾਹੀਂ ਤਾਂ ਉਹਨਾਂ ਦੀ ਨੀਂਦ ਦੇ ਵਿੱਚ ਖਲਲ ਪੈਂਦਾ ਹੈ ਨੀਂਦ ਜਿਹੜੀ ਹੈ ਉਹ ਉਹਨਾਂ ਨੂੰ ਸੌਣ ਦੇ ਵਿੱਚ ਦਿੱਕਤ ਆਉਂਦੀ ਹੈ ਜਾਂ ਫਿਰ ਜਿਹੜੇ ਸਟੂਡੈਂਟ ਹੈਗੇ ਨੇ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਦਿੱਕਤ ਆਉਂਦੀ ਹੈ ਸਪੀਕਰਾਂ ਦੇ ਨਾਲ ਕਿਉਂਕਿ ਐਗਜ਼ਾਮ ਦਾ ਜਦੋਂ ਸਮਾਂ ਹੁੰਦਾ ਤਾਂ ਪੜ੍ਹਾਈ ਬੇਹ ਬੇਹ ਜ਼ਰੂਰੀ ਹੁੰਦੀ ਹੈ ਤਾਂ ਉਦੋਂ ਉਹਨਾਂ ਨੂੰ ਕਹਿ ਰਹੀ ਹੈ ਕਿ ਪਰੇਸ਼ਾਨੀ ਆਉਂਦੀ ਨਹੀਂ ਆਉਂਦੀ ਹੈ ਇਸ ਬਾਬਤ ਕੀ ਕਹਿਣਾ ਚਾਹੁੰਦੇ ਇਸੇ ਬਾਬਤ ਮੈਂ ਆਪ ਜੀ ਨੂੰ ਕਹਿ ਰਿਹਾ ਵੀ ਚੰਡੀਗੜ੍ਹ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਹੈ ਨਾ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਗੁਰਦੁਆਰਾ ਸਾਹਿਬ ਦੀ ਜਿਹੜੀ ਵੋਲਿਊਮ ਹੈ ਜੇ ਆਪਾਂ ਗੱਲ ਕਰੀਏ ਵੀ ਉਹ ਵੋਲਿਊਮ ਹੀ ਉਸ ਹਿਸਾਬ ਨਾਲ ਹੋਣੀ ਚਾਹੀਦੀ ਹੈ ਵੀ ਜਿੰਨੇ ਆ ਕੇ ਸੁਣਨਾ ਉਹ ਅੰਦਰ ਬਹਿ ਕੇ ਸੁਣਦਾ ਤਾਂ ਤੁਸੀਂ ਦੇਸ਼ਾਂ ਵਿਦੇਸ਼ਾਂ 'ਚ ਵੀ ਜਾਓ ਆਪਾਂ ਸਾਰੀ ਜਗ੍ਹਾ ਤੋਂ ਸਿੱਖਿਆ ਲੈਣੀ ਆ ਵੀ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜਾ ਸਾਰੀ ਰਾਤ ਕੰਮ ਕਰਕੇ ਆਇਆ ਉਹ ਰੈਸਟ ਵੀ ਕਰਨਾ ਚਾਹੇਗਾ ਕੀ ਪਤਾ ਡਿਊਟੀ ਦੇ ਨਿਤਨੇਮ ਕਰਕੇ ਆਇਆ ਹੋਵੇ ਹਾਂਜੀ ਜਿਹੜਾ ਬੰਦਾ ਪੜ੍ਹਾਈ ਕਰਦਾ ਆ ਉਹ ਕਹਿੰਦਾ ਵੀ ਰੱਬਾ ਪਹਿਲੇ ਰੱਬ ਦਾ ਨਾਮ ਲੈ ਕੇ ਪੜ੍ਹਾਈ ਕਰਦਾ ਹੈ ਨਾ ਤੇ ਸਾਨੂੰ ਮਤਲਬ ਸਾਡੇ ਜਿਹੜੇ ਧਰਮ ਦੇ ਪ੍ਰਚਾਰਕ ਆ ਜਾਂ ਮੈਂ ਕੀਰਤਨ ਕਰਦਾ ਆ ਜਾਂ ਮੈਂ ਗ੍ਰੰਥੀ ਹਾਂ ਵਾਂ ਗੁਰਦੁਆਰੇ ਦਾ ਸਾਡਾ ਇੱਕ ਫਰਜ਼ ਮੰਨਦਾ ਹੈ ਵੀ ਅਸੀਂ ਉਸ ਚੀਜ਼ ਨੂੰ ਸਮਝੀਏ ਜੇ ਦੂਸਰਾ ਪੱਖ ਦੇਖੀਏ ਹਰ ਚੀਜ਼ ਦਾ ਇੱਕ ਪੋਜ਼ਿਟਿਵ ਵੀ ਹੈ ਇੱਕ ਨੈਗੇਟਿਵ ਵੀ ਹੈ ਤੇ ਇਹ ਚੀਜ਼ ਦਾ ਜਿਹੜਾ ਹੈਗਾ ਉਹ ਕਈ ਵਾਰੀ ਨੈਗੇਟਿਵ ਇੰਪੈਕਟ ਪੈ ਜਾਂਦਾ ਹੈ ਉਹ ਕਹਿੰਦੇ ਆ ਵੀ ਬਾਣੀ ਜਿਹੜੀ ਆ ਤੁਸੀਂ ਮਤਲਬ ਸਾਨੂੰ ਧੱਕੇ ਨਾਲ ਆਪਾਂ ਪ੍ਰਸ਼ਾਦਾਸ਼ ਕੀਏ ਤਾਂ ਉਹ ਨਹੀਂ ਪਾਚਦਾ ਤੇ ਧੱਕੇ ਨਾਲ ਜੇ ਕੋਈ ਸਾਡੇ ਕੰਨਾਂ 'ਚ ਪਾਵੇ ਤੇ ਉਹ ਵੀ ਜਿਹੜੀ ਉਹ ਫਿਰ ਚੰਗਾ ਨਹੀਂ ਸਮਝਦੇ ਕਿਤੇ ਨਾ ਕਿਤੇ ਤੁਸੀਂ ਸਹਿਮਤ ਹੋ ਜੋ ਜਿਹੜੇ ਕੋਰਟ ਵੱਲੋਂ ਹੁਕਮ ਦਿੱਤੇ ਗਏ ਨੇ ਮੈਂ ਇਸ ਗੱਲ ਦੇ ਉੱਤੇ ਮਤਲਬ ਜੇ ਤੁਸੀਂ 100 'ਚੋਂ ਕਹੀਏ ਨਾ ਆਪਾਂ ਗੱਲ ਤੇ 100 ਚੋਂ 60% ਆਪਾਂ ਸਹਿਮਤ ਆ ਇਸ ਗੱਲ ਦੇ ਉੱਤੇ 40% ਮੈਂ ਤਾਂ ਵੀ ਕਹਿ ਦਨਾ ਹੁੰਨਾ ਵੀ ਜੇ ਸ ਆ ਮੰਨ ਲਓ ਵੀ ਸੰਡੇ ਆ ਜਾਂ ਕੋਈ ਫ੍ਰੀ ਆ ਤੇ ਉਹ ਉਹਦੀ 뮤직 ਦੀ ਆਵਾਜ਼ ਸੁਣ ਕੇ ਜੇ ਕੋਈ ਆ ਕੇ ਬਾਣੀ ਨਾਲ ਜੁੜਦਾ ਤੇ ਕੋਈ ਮਾੜੀ ਗੱਲ ਨਹੀਂ ਹੈਗੀ ਤੇ ਜਿੱਦਾਂ ਤੁਸੀਂ ਕਿਹਾ ਤੁਸੀਂ ਆਪ ਇੱਕ ਕੋਰレスਪੋਂਡੈਂਟ ਹੋ ਜੇ ਕੋਈ ਐਦਾਂ ਦਾ ਜੌਬ ਕਰਨ ਵਾਲਾ ਕੰਮ ਕਰਨ ਵਾਲਾ ਆ ਚੰਡੀਗੜ੍ਹ ਦੇ ਗੁਰਦੁਆਰੇ ਉਹ ਪਹਿਲੇ ਇਸ ਗੱਲ ਦੇ ਵਿੱਚ ਪਾਬੰਦ ਆ ਵੀ ਆਪਾਂ ਆਵਾਜ਼ ਹੀ ਉਨੀ ਕਰਦੇ ਆ ਵਿਕੀ ਜੇ ਕੋਈ ਪੜ੍ਹਾਈ ਕਰਨ ਵਾਲਾ ਉਹਨੂੰ ਡਿਸਟਰਬੈਂਸ ਨਾ ਹੋਵੇ ਜਦੋਂ ਗੁਰਦੁਆਰੇ ਅੰਦਰ ਐਂਟਰ ਕਰ ਗਿਆ ਉਹਦੇ ਕੰਨਾਂ ਚ ਬਾਣੀ ਪੈਣੀ ਪੈਣੀ ਹਾਂਜੀ ਅੱਛਾ ਦੂਜੀ ਗੱਲ ਇਹ ਹੈ ਕਿ ਜਿਵੇਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਅੱਜ ਕੱਲ੍ਹ ਪ੍ਰਚਾਰ ਹੋ ਰਿਹਾ ਧਰਮ ਦਾ ਜ ਜਿਨੇ ਪ੍ਰਚਾਰ ਦੇ ਲਈ ਜਾਂ ਫਿਰ ਜਿਨੇ ਨਿਤਨੇਮ ਸੁਣਨਾ ਹੈਗਾ ਘਰ ਬੈਠ ਕੇ ਉਹ ਸਪੀਕਰਾਂ ਦੀ ਬਜਾਏ ਟੀਵੀ ਚੈਨਲ ਦੇ ਰਾਹੀਂ ਜਾਂ ਹੋਰ ਕਿਸੇ ਮਾਧਿਅਮ ਦੇ ਰਾਹੀਂ ਸੁਣ ਸਕਦਾ ਕਿਉਂਕਿ ਅੱਜ ਕੱਲ੍ਹ ਮਾਧਿਅਮ ਬਹੁਤ ਹੈਗੇ ਨੇ ਇਤਨਾ ਕਿਤੇ ਫਿਰ ਲਾਊਡ ਸਪੀਕਰ ਦੀ ਵਰਤੋਂ ਦੀ ਤੱਕ ਫਿਰ ਲੋੜ ਨਹੀਂ ਪਈ ਦੇਖੋ ਜੀ ਬੇਨਤੀ ਐਦਾ ਫੇਰ ਗੱਲ ਉੱਥੇ ਆ ਜਾਂਦੀ ਐ ਜੇ ਪਿੰਡ ਦੇ ਵਿੱਚ ਸਪੀਕਰ ਚੱਲਦਾ ਆ ਜੇ 10% ਕੰਮ ਕਰਨ ਵਾਲੇ ਆ ਤੇ ਜਿਹੜੇ 90% ਉਥੇ ਹੈਗੇ ਆ ਉਹਨਾਂ ਦੇ ਮਨਾਂ 'ਚ ਹੁੰਦਾ ਵੀ ਹੁਣ ਗੁਰਦੁਆਰੇ 'ਚੋਂ ਆਵਾਜ਼ ਆ ਗਈ ਹੁਣ ਅੰਮ੍ਰਿਤ ਵੇਲਾ ਹੋ ਗਿਆ ਆ ਗੁਰਦੁਆਰੇ ਚ ਆਵਾਜ਼ ਆ ਗਈ ਉਹ ਇੱਕ ਵਾਰੀ ਸੁਣਦੇ ਜਾਂ 10 ਮਿੰਟ 20 ਮਿੰਟ ਸੁਣਦੇ ਆ ਫਿਰ ਉਹ ਇਸ਼ਨਾਨ ਕਰਦੇ ਆ ਜਾਂ ਉਹ ਉਹਨਾਂ ਦੇ ਲਈ ਜਿਹੜਾ ਹੈਗਾ ਇੱਕ ਪੋਜ਼ਿਟਿਵ ਪੱਖ ਨਹੀਂ ਕੋਠਣ ਦਾ ਸਮਾਂ ਹੋ ਜਾਂਦਾ ਉਹਨਾਂ ਦਾ ਲਈ ਅੱਛਾ ਇੱਕ ਛੋਟਾ ਜਿਹਾ ਸਵਾਲ ਇਹ ਵੀ ਹੈਗਾ ਜਿਵੇਂ ਹਾਈ ਕੋਰਟ ਨੇ ਇਹ ਵੀ ਕਿਹਾ ਹੈਗਾ ਕਿ ਜਿਹੜੇ ਸਮਾਗਮ ਕਰਵਾਉਣੇ ਨੇ ਵਿਸ਼ੇਸ਼ ਸਮਾਗਮ ਹੈਗੇ ਨੇ ਉਹਨਾਂ ਦੇ ਲਈ ਮਨਜ਼ੂਰੀ ਲੈ ਕੇ ਤੁਸੀਂ ਕਰ ਸਕਦੇ ਹੈਗੇ ਹੁਣ ਜਦੋਂ ਤੁਸੀਂ ਇੱਥੇ ਸਮਾਗਮ ਕਰਵਾਉਂਦੇ ਹੈਗੇ ਗੁਰਦੁਆਰੇ ਦੇ ਵਿੱਚ ਮਨਜ਼ੂਰੀ ਲੈਂਦੇ ਬਕਦ ਹਾਂਜੀ ਸਾਡੇ ਇੱਥੇ ਵਿਸਾਖੀ ਦਾ ਸਮਾਗਮ ਹੁੰਦਾ ਆ ਉਹਦੀ ਅਸੀਂ ਡੀਸੀ ਦਫ਼ਤਰ ਦੇ ਵਿੱਚ ਰਿਟਨ ਲੈਟਰ ਦਿੰਨੇ ਆ ਜਿਹਦੇ ਸਾਨੂੰ ਇੱਕ ਪ੍ਰਿਸਕ੍ਰਾਈਬਡ ਟਾਈਮ ਲਿਮਿਟ ਦਿੱਤੀ ਜਾਂਦੀ ਹੈ ਉਸ ਟਾਈਮ ਤੋਂ ਬਾਅਦ ਜਦੋਂ ਫਿਰ ਓਵਰ ਹੋ ਜਾਂਦਾ ਆ ਜਿਹਨੂੰ ਨਹੀਂ ਚੰਗਾ ਲੱਗਦਾ ਕਿ ਟੈਲੀਫੋਨ ਕਰ ਦਿੰਦਾ ਆ 100 ਨੰਬਰ ਤੇ ਜੀ ਇਹ ਸਾਨੂੰ 뮤직 ਡਿਸਟਰਬ ਕਰ ਰਿਹਾ ਪੁਲਿਸ ਆ ਕੇ ਸਾਨੂੰ ਦੱਸ ਦਿੰਦੀ ਆ ਉਹ ਵੋਲਿਊਮ ਫਿਰ ਅਸੀਂ ਘਟਾ ਲਈਦੀ ਆ ਜਿਹੜੇ ਅੰਦਰ ਬੈਠੇ ਹੋ ਬੈ ਕੇ ਸੁਣ ਲੈਂਦੇ ਆ ਹਾਂਜੀ ਜੇ ਹੁਣ ਉਹ ਆਵਾਜ਼ ਮਤਲਬ ਜੇ 10 ਵਜੇ ਤੋਂ ਪਹਿਲਾਂ ਦੀ ਗੱਲ ਕਰੀਏ ਮੈਂ ਗੱਲ ਬਧਾਵਾਂ ਨਾ ਜੇ 10 ਵਜੇ ਤੋਂ ਪਹਿਲਾਂ ਉਹ ਆਵਾਜ਼ ਇੱਥੇ ਤੱਕ ਵੀ ਜਾਂਦੀ ਹੈ ਜੇ ਰੋਡ ਤੋਂ ਕੋਈ ਲੰਘ ਰਿਹਾ ਉਹਦੇ ਮਨ ਚ ਆਉਂਦਾ ਵੀ ਚੱਲ ਮਨਾ 10 ਮਿੰਟ ਇੰਨੀ ਬਿਜ਼ੀ ਲਾਈਫ ਚੋਂ ਕੱਢ ਕੇ ਆਪਾਂ ਗੁਰਦੁਆਰੇ ਚ ਆਏ ਆਈਏ ਵੀ ਸ਼ਾਇਦ ਸਾਨੂੰ ਮਾਈਕ ਦੀ ਆਵਾਜ਼ ਹੀ ਗੁਰੂ ਹੀ ਆਵਾਜ਼ ਮਾਰ ਰਿਹਾ ਬਾਣੀ ਦੁਆਰਾ ਸ਼ਬਦ ਦੁਆਰਾ ਹਨਾ ਜੀ ਸੋ ਇਹ ਮੇਰੀ ਬੇਨਤੀ ਆ ਵੀ ਆਪਾਂ ਇਸ ਚੀਜ਼ ਨੂੰ ਮਤਲਬ ਪੋਜ਼ਿਟਿਵ ਵੀ ਦੇਖੀਏ ਤੇ ਨੈਗੇਟਿਵ ਵੀ ਵਿੱਚ ਹੀ ਆ ਕਿਉਂਕਿ ਜੇ ਪੋਜ਼ਿਟਿਵ ਦੇਖੀਏ ਤੇ ਕਈ ਲੋਕ ਜਿਹੜੇ ਆ ਉਹ ਬਾਣੀ ਨਾਲ ਸ਼ਬਦ ਨਾਲ ਜੁੜਦੇ ਆ ਠੀਕ ਹੈ ਟੀਵੀ ਲੱਗਿਆ ਹੋਇਆ ਪਰ ਇੱਕ ਗੱਲ ਹੁੰਦੀ ਹੈ ਵੀ ਜਿਹੜੇ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਦੇ ਗੁਰਦੁਆਰੇ ਜਾ ਕੇ ਦਰਸ਼ਨ ਕਰਨੇ ਉਹ ਆਪਾਂ ਟੀਵੀ 'ਚੋਂ ਫੀਲਿੰਗ ਨਹੀਂ ਲੈ ਸਕਦੇ ਜੀ ਹਾਂਜੀ ਜੀ ਬਹੁਤ-ਬਹੁਤ ਧੰਨਵਾਦ ਗੁਰਪ੍ਰੀਤ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਇਹ ਸੰਨ ਗੁਰਦੁਆਰਾ ਸੰਤ ਸਰ ਸਾਹਿਬ ਦੇ ਸੰਚਾਲਕ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਕਿਤਨਾ ਕਿਤੇ ਹਾਈ ਕੋਰਟ ਦੇ ਮਾਨਯੋਗ ਹਾਈ ਕੋਰਟ ਦੇ ਫੈਸਲੇ ਦੇ ਨਾਲ ਉਹ ਸਹਿਮਤ ਨੇ ਪਰ ਨਾਲ ਦੀ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਲਾਊਡ ਸਪੀਕਰ ਨੇ ਉਹ ਕਿਤਨਾ ਕਿਤੇ ਆਮ ਲੋਕਾਂ ਨੂੰ ਧਾਰਮਿਕ ਲੋਕਾਂ ਨੂੰ ਧਰਮ ਦੇ ਨਾਲ ਜੋੜਦੇ ਨੇ ਇਸ ਦੇ ਲਈ ਸੰਚਾਲਨ ਲਗਾਤਾਰ ਚੱਲਦਾ ਵੀ ਰਹਿਣਾ ਚਾਹੀਦਾ ਹੈ ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਤੇ ਗੱਲਬਾਤ ਕਰ ਰਹੇ ਹਾਂ ਕਿ ਜੋ ਹਾਈ ਕੋਰਟ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਉਸ ਦੇ ਨਾਲ ਕਿਤੇ ਨਾ ਕਿਤੇ ਧਾਰਮਿਕ ਤੌਰ ਤੇ ਲੋਕਾਂ ਦਾ ਕੀ ਕਹਿਣਾ ਹੈ ਕਿ ਲਾਊਡ ਸਪੀਕਰ ਲੱਗਣੇ ਚਾਹੀਦੇ ਨੇ ਕਿ ਨਹੀਂ ਲੱਗਣੇ ਚਾਹੀਦੇ ਜੇਕਰ ਲੱਗਣੇ ਚਾਹੀਦੇ ਨੇ ਤਾਂ ਉਹਨਾਂ ਦੀ ਆਵਾਜ਼ ਕਿੰਨੀ ਹੋਣੀ ਚਾਹੀਦੀ ਹੈ ਤੇ ਜੇਕਰ ਲੱਗਦੇ ਨੇ ਤਾਂ ਲੋਕਾਂ ਦੇ ਉੱਤੇ ਧਾਰਮਿਕ ਤੌਰ ਤੇ ਕਿੰਨਾ ਕਿਸ ਦਾ ਅਸਰ ਦੇਖਣ ਨੂੰ ਮਿਲਦਾ ਹੈ ਕੁਝ ਲੋਕ ਮੌਜੂਦ ਨੇ ਜਾਣਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਸਪੀਕਰਾਂ ਦੇ ਨਾਲ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਜਾਂ ਫਿਰ ਲੱਗਣੇ ਚਾਹੀਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਸੁਭਾਸ ਚੰਦਰੋਤਨ ਹੈ ਮੈ ਸੈਕਟਰ 2 ਬੀ ਚੋਂ ਇੱਥੇ ਮਤਤ ਟਿਕਣ ਆਏ ਹਾਂ ਸ਼ਿਵ ਜ ਹੁਕਮ ਜਾਰੀ ਕੀਤੇ ਗਏ ਨੇ ਹੁਸ਼ਵਜ ਜੀ ਤਾਂ ਕੀ ਲੱਗ ਰਿਹਾ ਕਿ ਇਹ ਹੁਕਮ ਜਿਹੜੇ ਐ ਅਸਲ ਮਾਇਨੇ ਦੇ ਵਿੱਚ ਸਹੀ ਨਹੀਂ ਹਾਲਾਂਕਿ ਕੋਰਟ ਨੇ ਹਰ ਇੱਕ ਪਹਿਲੂ ਨੂੰ ਜਾਂਚ ਕਰੇ ਹੁਕਮ ਦਿੰਦੇ ਨੇ ਧਾਰਮਿਕ ਤੌਰ ਤੇ ਤੁਸੀਂ ਇਸ ਹੁਕਮ ਨੂੰ ਕਿਵੇਂ ਦੇਖਦੇ ਹੋ ਵਾਤਾਵਰਨ ਨੂੰ ਅੱਜ ਕੱਲ ਦੇ ਨੂੰ ਦੇਖਦੇ ਹੋਏ ਜੋ ਅੱਜ ਕੱਲ ਦਾ ਵਾਤਾਵਰਨ ਹੈ ਕਿ ਆਵਾਜ਼ ਬਹੁਤੀ ਨਾ ਫੈਲੇ ਇਕੋਸਿਸਟਮ ਨੂੰ ਦੇਖਦੇ ਹੋਏ ਮੰਦਰ ਗੁਰਦੁਆਰੇ ਮਸਜਿਦ ਚਰਚ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਆ ਉਹਦੇ ਚ ਆਵਾਜ਼ ਇੰਨੀ ਹੋਣੀ ਚਾਹੀਦੀ ਹੈ ਜਿਹੜੀ ਕਿ ਉਸ ਕੈਂਪਸ ਤੱਕ ਰਹੇ ਉਦੇ ਨਾਲ ਜੇ ਆਵਾਜ਼ ਜ਼ਿਆਦਾ ਜਾਂਦੀ ਹੈ ਜਿਹੜੇ ਸਟੂਡੈਂਟਸ ਹੈ ਔਰ ਬਿਮਾਰ ਲੋਕ ਹੈ ਉਹਨਾਂ ਨੂੰ ਇਸ ਤਰ੍ਹਾਂ ਜ਼ਿਆਦਾ ਅਸਰ ਪੈਂਦਾ ਮੇਰੀ ਆਪਣੀ ਰਾਏ ਇਹ ਹੈ ਕਿ ਮੰਦਰ ਇਹਨਾਂ ਦੇ ਅੰਦਰ ਕੈਂਪਸ ਤੱਕ ਆਵਾਜ਼ ਹੋਣੀ ਚਾਹੀਦੀ ਹੈ ਜਿੱਥੋਂ ਤੱਕ ਮੰਦਰ ਜਾਂ ਗੁਰਦੁਆਰਾ ਜਾਂ ਕਿਸੇ ਦੀ ਵੀ ਹੱਦ ਹੈਗੀ ਉੱਥੇ ਤੱਕ ਹੋਣੀ ਚਾਹੀਦੀ ਹੈ ਤਾਂ ਕਿ ਉਹ ਪੂਰੀ ਤਰ੍ਹਾਂ ਬਹੁਤੀ ਉੱਚੀ ਨਹੀਂ ਹੋਣੀ ਚਾਹੀਦੀ ਪਰ ਸ਼ਿਵਾਜੀ ਕਈ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈਗਾ ਕਿ ਜਿਹੜੇ ਮੰਦਰ ਮੱਜੀ ਤੱਕ ਨਹੀਂ ਆ ਸਕਦੇ ਹੈਗੇ ਉਹਨਾਂ ਦੇ ਲਈ ਕਿਤੇ ਨਾ ਕਿਤੇ ਧਾਰਮਿਕ ਤੌਰ ਤੇ ਜਿਹੜੇ ਲਾਊਡ ਸਪੀਕਰ ਹੁੰਦੇ ਨੇ ਉਹਨਾਂ ਦੇ ਨਾਲ ਧਾਰਮਿਕ ਜਿਹੜੇ ਆਪਣੇ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ ਉਹਨਾਂ ਦੇ ਨਾਲ ਉਹ ਆਪਣਾ ਪਾਠ ਪੂਜਾ ਕਰਦੇ ਨੇ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਇੱਥੇ ਪੰਜਾਬ ਹੈ ਨਹਿਰੀਆਣਾ ਹਾਈ ਕੋਰਟ ਸਭ ਤੋਂ ਉੱਪਰ ਆ ਗਈ ਬਿਲਕੁਲ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕੋਰਟ ਨੂੰ ਪਹਿਲਾਂ ਮੰਨ ਕੇ ਚੱਲੀਏ ਬਾਕੀ ਜਿਹੜੇ ਕੰਮ ਹੈ ਸਿਸਟਮ ਜਿਹੜੇ ਹੈਗੇ ਉਹਦੇ ਅੰਡਰ ਹੈ ਅਸੀਂ ਉਹ ਤੋਂ ਬਾਹਰ ਨਹੀਂ ਜਾ ਸਕਦੇ ਇਹ ਮੈਂ ਕਹਿਣਾ ਚਾਹੁੰਦਾ अच्छा ਜਿਵੇਂ ਦੂਜੀ ਗੱਲ ਇਹ ਵੀ ਹੈਗੀ ਹੈ ਕਿ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਗੱਲਬਾਤ ਕੀਤੀ ਜਾਵੇ ਤਾਂ ਇੱਥੇ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀਆਂ ਸਹੂਲਤਾਂ ਜਾਂ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਨੇ ਸਾਰੇ ਜਿਹੜੇ ਧਾਰਮਿਕ ਸੰਸਥਾਨਾਂ ਦੇ ਵੱਲੋਂ ਜੇਕਰ ਅਸੀਂ ਹੋਰ ਸੂਬਿਆਂ ਦੇ ਵਿੱਚ ਹਰਿਆਣਾ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਖਾਸ ਕਰਕੇ ਇਸ ਦਾ ਕਾਫੀ ਇਫੈਕਟ ਦੇਖਣ ਨੂੰ ਮਿਲਿਆ ਹੈ ਮੰਦਰਾਂ ਦੇ ਵਿੱਚ ਜਾਂ ਜਾਗਰਤਿਆਂ ਦੇ ਸਮੇਂ ਸਾਰੀ ਸਾਰੀ ਰਾਤ ਜਦੋਂ ਚੱਲਦੇ ਨੇ ਜਾਗਰਤੇ ਚੱਲਦੇ ਨੇ ਤਾਂ ਉਸ ਦੇ ਵਿੱਚ ਜਦੋਂ ਸਪੀਕਰ ਲਗਾਏ ਜਾਂਦੇ ਨੇ ਡੀਜੇ ਲਗਾਏ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਲੋਕਾਂ ਦੇ ਉੱਤੇ ਕਾਫੀ ਅਸਰ ਦੇਖਣ ਨੂੰ ਮਿਲਦਾ ਹੈ ਕਈਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ ਇਸ ਨੂੰ ਕਿਵੇਂ ਦੇਖਦੇ ਹੋ ਇਹ ਹੈ ਜੀ ਮੈਂ ਇਹ ਕਹਿਣਾ ਚਾਹੁੰਦਾ ਪੰਜਾਬ ਹਰਿਆਣੇ ਦੇ ਅੰਦਰ ਜਿੰਨੀ ਜਾਗਰਤੀ ਚੰਡੀਗੜ੍ਹ ਦੇ ਲੋਕਾਂ ਦੇ ਵਿੱਚ ਹੈ ਤੁਸੀਂ ਇੱਥੇ ਜਾਗਰਤਾ ਕਰ ਰਹੇ ਹਾਂ 10 ਵਜੇ ਤੁਸੀਂ ਸਪੀਕਰ ਬੰਦ ਨਹੀਂ ਕਰੋਗੇ ਉਹਨਾਂ ਨੇ ਪੁਲਿਸ ਨੂੰ 100 ਨੰਬਰ ਤੇ ਜਦੇ ਬੁਲਾ ਕੇ ਦਾ ਕਿ ਤੁਹਾਡਾ ਜਗਰਤਾ ਉਹ ਕਹਿ ਦਿੰਗੇ ਜੀ ਆਪਣੇ ਮਾਈਕ ਇੱਕ ਪਾਸੇ ਕਰ ਲਓ ਜਗਰਤਾ ਤੁਸੀਂ ਕਰ ਸਕਦੇ ਕਿਤੇ ਨਾ ਕਿਤੇ ਬਿਨਾ ਸਪੀਕਰਾਂ ਦੇ ਨਾਲ ਵੀ ਕੰਮਕਾਰ ਕੀਤਾ ਜਾ ਸਕਦਾ ਹੈ ਤੁਸੀਂ ਪਰ ਸਪੀਕਰ ਨਹੀਂ ਲਾਉਣਾ ਜੀ ਬਹੁਤ ਬਹੁਤ ਧੰਨਵਾਦ ਸਸੀ ਕਾਲ ਜੀ ਸਸੀ ਕਾਲ ਜੀ ਕੀ ਨਾਮ ਹੈ ਜੀ ਵਿਨਾ अच्छा विना जी जਵੇਂ पंजाब एंड हरियाणा हाई कोर्ट ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਜਿਹੜੇ ਧਾਰਮਿਕ ਸੰਸਥਾਨ ਹੈਗੇ ਨੇ ਉਹਨਾਂ ਦੇ ਵਿੱਚ ਲਾਊਡਸਪੀਕਰ ਨੇ ਜਿਹੜੇ ਉਹਨਾਂ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਆਵਾਜ਼ ਦਾ ਇੱਕ ਜਿਹੜਾ ਉਹਨਾਂ ਨੇ ਕਰਾਈਟਰੀਆ ਰੱਖਿਆ ਹੈ ਕਿ ਇੰਨੀ ਆਵਾਜ਼ ਤੱਕ ਚਲਾਈ ਚਲਾਈ ਜਾ ਸਕਦੇ ਨੇ ਕਿਵੇਂ ਦੇਖ ਰਹੇ ਹੋ ਇਹਨਾਂ ਦੇ ਹੁਕਮਾਂ ਨੂੰ ਇਹ ਹੈ ਜੀ ਹਰਿਆਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜਾ ਆਰਡਰ ਹੈ ਉਹ ਤਾਂ ਮੰਨੇ ਚਾਹੀਦੇ ਆ ਵੈਸੇ ਵੀ ਲੀਗਲੀ ਵੀ ਜਿਹੜੇ ਆਵਾਜ਼ ਜ਼ਿਆਦਾ ਉੱਚੀ ਹੈ ਉਹਦੇ ਨਾਲ ਡਿਸਟਰਬੈਂਸ ਹੁੰਦੀ ਹੈ ਆਲੇ ਦੁਆਲੇ ਦਾ ਵਾਤਾਵਰਨ ਡਿਸਟਰਬ ਡਿਸਟਰਬ ਹੁੰਦਾ ਹੈ ਤੇ ਕਈ ਲੋਕ ਬਿਮਾਰ ਹੁੰਦੇ ਆਪਣੇ ਘਰਾਂ ਦੇ ਵਿੱਚ ਸਟੂਡੈਂਟਸ ਹੁੰਦੇ ਆ ਜਿਨ੍ਹਾਂ ਨੇ ਬਹੁਤ ਜਰੂਰੀ ਐਗਜ਼ਾਮਸ ਵਗੈਰਾ ਦੇ ਵਿੱਚ ਅਪੀਅਰ ਹੋਣਾ ਹੁੰਦਾ ਹੈ ਤੇ ਉਹਨਾਂ ਲੋਕਾਂ ਨੂੰ ਡਿਸਟਰਬੈਂਸ ਹੁੰਦੀ ਹੈ ਇਸ ਲਈ ਸਾਡੀ ਮੋਰਲੀ ਵੀ ਇਹ ਡਿਊਟੀ ਬਣਦੀ ਹੈ ਜਰੂਰੀ ਨਹੀਂ ਕਿ ਅਸੀਂ ਕੋਰਟ ਦੇ ਆਰਡਰਸ ਨੂੰ ਮੰਨੀਏ ਸਾਡੀ ਆਪਣੀ ਡਿਊਟੀ ਬਣਦੀ ਹੈ ਕਿ ਆਵਾਜ਼ ਜਿਹੜੀ ਹੈ ਕਿ ਇੰਨੀ ਕੁ ਰੱਖਿਏ ਕਿ ਜਿਹੜੀ ਸਾਡੇ ਸਿਰਫ ਕੁਝ ਕਿਲੋਮੀਟਰ ਕੁਝ ਮੀਟਰ ਦੂਰ ਤੱਕ ਹੀ ਜਾਵੇ ਕਿਉਂਕਿ ਉਸ ਤੋਂ ਅੱਗੇ ਜਾਂਦੀ ਹੈ ਤਾਂ ਉਹ ਲੋਕ ਜਿਹੜੇ ਆ ਨੈਚੁਰਲੀ ਡਿਸਟਰਬੈਂਸ ਕਿਤਨਾ ਕਿਤੇ ਸਹਿਮਤ ਹੋ ਜਿਹੜੇ ਹੁਕਮ ਦਿੱਤੇ ਬਿਲਕੁਲ ਜੀ ਇਹ ਬਹੁਤ ਬਹੁਤ ਧੰਨਵਾਦ ਅਸੀ ਕਾਲ ਜੀ ਹਾਂ ਜੀ ਕੀ ਨਾਮ ਹੈ ਜੀ ਪੰਡਿਤ ਦਿਨੇਸ਼ ਸ਼ਾਸਤਰੀ ਜੀ ਦਿਨੇਸ਼ ਜੀ ਜਿਵੇਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਹੁਕਮ ਆਏ ਨੇ ਤੁਸੀਂ ਇੱਥੇ ਮੰਦਿਰ ਦੇ ਵਿੱਚ ਸੰਚਾਲਨ ਕਰਦੇ ਹੈਗੇ ਆ ਪੂਰਾ ਕਾਰਜਪਾਰਸ ਸੰਭਾਲਿਆ ਹੈਗਾ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਡੇ ਇਸ ਮੰਦਿਰ ਦੇ ਵਿੱਚ ਆਵਾਜ਼ ਨੂੰ ਲੈ ਕੇ ਜਿਸ ਤਰ੍ਹਾਂ ਦੇ ਹੁਕਮ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਨੇ ਉਸ ਤਰ੍ਹਾਂ ਦੇ ਕਿਵੇਂ ਪ੍ਰਬੰਧ ਨੇ ਲਾਊਡ ਸਪੀਕਰ ਲੱਗੇ ਹੋਏ ਨੇ ਸਾਹਿਬ ਜੀ ਪਹਿਲੀ ਬਾਤ ਤੋਂ ਇਹ ਹੈ ਕਿ ਹਾਈ ਕੋਰਟ ਕੇ ਨਿਯਮ ਕਾ ਪਾਲਨ ਕਰਨਾ ਚਾਹੀਏ ਦੂਸਰੀ ਬਾਤ ਇਹ ਹੈ ਕਿ ਹਮ ਇਸ ਨਿਯਮ ਸੇ ਵੀ ਸਹਿਮਤ ਹੈ ਕਿ ਮੰਦਿਰ ਮੇ ਲਾਊਡ ਸਪੀਕਰ ਲੱਗਣਾ ਚਾਹੀਏ ਪਰੰਤੂ ਸੀਮਾ ਕੇ ਅੰਦਰ ਹੀ ਅੱਛਾ ਜਿਨ ਜਿਨ੍ਹਾਂ ਮੰਦਿਰ ਦੇ ਅੰਦਰ ਹੈਗਾ ਉਸ ਸੀਮਾ ਦੇ ਵਿੱਚ ਉਹਦੀ ਆਵਾਜ਼ ਜਾਣੀ ਚਾਹੀਦੀ ਹਾਂ ਮੰਦਰ ਦਾ ਜੋ ਹਦਾਇ ਮੰਦਰ ਕੀ ਜੋ ਸੀਮਾ ਹੈ ਉਸ ਕੇ ਅੰਦਰ ਹੀ ਆਵਾਜ਼ ਰਹਿਣੀ ਚਾਹੀਏ ਧੀਮੀ ਆਵਾਜ਼ ਸੇ ਬਜਣਾ ਚਾਹੀਏ ਕਿਸੇ ਅਗਲ ਬਗਲ ਵਾਲੇ ਕੋ ਇਸ ਮੇਂਤਲਬ ਜੋ ਹੈ ਪਰੇਸ਼ਾਨੀ ਨਹੀਂ ਹੋਣੀ ਚਾਹੀਏ ਅਚਾ ਜੇਕਰ ਹੋਰ ਮੰਦਰਾਂ ਦੀ ਗੱਲ ਕੀਤੀ ਜਾਵੇ ਹੋਰ ਮੰਦਰ ਮਸਜਿਦ ਨੇ ਜਾਂ ਫੇ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਕਈਆਂ ਦੇ ਵਿੱਚ ਲਾਊਡ ਸਪੀਕਰ ਲੱਗੇ ਹੋਏ ਨੇ ਉੱਚੀ ਆਵਾਜ਼ ਦੇ ਵਿੱਚ ਵਿਚ ਲਾਇਆ ਜਾਂਦੇ ਨੇ ਤੇ ਆਵਾਜ਼ ਉੱਚੀ ਦੇ ਨਾਲ ਧਾਰਮਿਕ ਤੌਰ ਤੇ ਕਿਵੇਂ ਦਾ ਸੰਦੇਸ਼ ਜਾਂਦਾ ਹੈ ਕਿਸ ਤਰ੍ਹਾਂ ਆਵਾਜ਼ ਉੱਚੀ ਦੇ ਨਾਲ ਧਰਮ ਕਿਵੇਂ ਪਰਫੁੱਲਿਤ ਹੁੰਦਾ ਹੈ ऐसा आज ही उची आवाज़ तो नहीं होनी चाहिए मतलब जो है हमारा धर्म हमारा कानून ये भी कहता है कि किसी भी व्यक्ति को कोई तकलीफ नहीं होनी चाहिए यदि हम कोई कार्य कर रहे हैं या लाउड स्पीकर बजा रहे हैं या कोई धर्म धार्मिक कार्य कर रहे हैं उसमें ऊँची आवाज़ तो बिल्कुल भी अनुचित अनुचित है सहमत है कि तुम्हें पंजाब तथा हरियाणा हाईकोर्ट के नियम के और पंजाब सरकार के नियम के हम सहमत हैं ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੂਏ ਸੰਨੇ ਮੰਦਰ ਦੇ ਕਾਰਜਕਾਰ ਸੰਭਾਲ ਰਹੇ ਨੇ ਤੇ ਨਾਲ ਦੀ ਨਾਲ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ तमाम ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਜੋ ਹੁਕਮ ਮਾਰਜੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਨੇ ਉਸ ਦੇ ਨਾਲ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਰੁਝਾਨ ਜਾਰੀ ਹੈ ਲੋਕਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਇਹਨਾਂ ਹੁਕਮਾਂ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਸ਼ੋਰ ਪ੍ਰਦੂਸ਼ਣ ਆਵਾਜ਼ ਪ੍ਰਦੂਸ਼ਣ ਵੱਧ ਰਿਹਾ ਹੈ ਉਸ ਨੂੰ ਕਿਤੇ ਨਾ ਕਿਤੇ ਠੱਲ ਪਵੇਗੀ ਤੇ ਨਾਲ ਦੀ ਨਾਲ ਜੋ ਧਾਰਮਿਕ ਤੌਰ ਤੇ ਸਪੀਕਰਾਂ ਦੇ ਰਾਹੀਂ ਆਵਾਜ਼ ਮੰਦਰ ਮਸਜਿਦ ਗੁਰਦੁਆਰਿਆਂ ਦੀ ਹੱਦ ਤੋਂ ਬਾਹਰ ਜਾਂਦੀ ਹੈ ਉਹਨਾਂ ਦੇ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ तमाम ਲੋਕਾਂ ਨੇ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਜਿਹੜੀ ਹੈ ਉਹ ਸਹਿਮਤੀ ਜਤਾਈ ਹੈ ਸੋ ਅੱਜ ਦੇ ਪੰਜਾਬ ਬੋਲਤਾ ਦੇ ਵਿੱਚ ਬਸ ਇੰਨਾ ਹੀ ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ ਧੰਨਵਾਦ